ਜ਼ਿਲ੍ਹਾ ਗੁਰਦਾਸਪੁਰ ਕੇ ਕਸਬਾ ਘੁਮਾਲ ਵਿਖੇ ਇੱਕ ਪਰਿਵਾਰ ਦੇ 2 ਕੋਰੋਨਾ ਪੋਜ਼ਿਟਿਵ ਸਮੇਤ 3 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਡੀਸੀ ਗੁਰਦਾਸਪੁਰ ਦੇ ਆਦੇਸ਼ਾਂ ਤੇ ਉਸ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਵਿੱਚ ਘੋਸ਼ਿਤ ਕਰ ਦਿੱਤਾ ਗਿਆ ਹੈ। ਉਸ ਇਲਾਕੇ ਦੇ ਲੋਕਾਂ ਦੀ ਸੈਂਪਲਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਪੁਲਿਸ ਥਾਣਾ ਘੁਮਾਲ ਦੇ ਥਾਣਾ ਪ੍ਰਭਾਰੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਕਸਬੇ ਇੱਕ ਰਿਹਾਇਸ਼ੀ ਇਲਾਕੇ 'ਚ ਕੋਵਿਡ ਪੋਜ਼ਿਟਿਵ ਇੱਕ ਹੀ ਪਰਿਵਾਰ ਦੇ 3 ਜੀਆਂ ਦੀ ਮੌਤ ਹੋਣ ਤੋਂ ਬਾਅਦ ਡੀਸੀ ਗੁਰਦਾਸਪੁਰ ਦੇ ਦਿਸ਼ਾ ਦੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਇਸ ਇਲਾਕੇ 'ਚ ਰਹਿ ਰਹੇ ਲੋਕਾਂ ਦੇ ਟੈਸਟ ਵੀ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਬਿਨਾਂ ਕਿਸੇ ਬੇਹੱਦ ਜ਼ਰੂਰੀ ਕੰਮ ਤੋਂ ਬਾਹਰ ਨਾ ਆਉਣ ਅਤੇ ਆਪਣੀ ਸਿਹਤ ਦਾ ਧਿਆਨ ਰੱਖਣ। ਕਸਬਾ ਘੁਮਾਨ ਦੇ ਵਿੱਚ ਕਲੋਨੀ ਹੈ, ਇਹਦੇ ਵਿੱਚ ਨਾ ਇੱਕ ਘਰ 'ਚ ਲਗਾਤਾਰ 3 ਮੌਤਾਂ ਹੋ ਗਈਆਂ ਸੀ। ਇਹਦੇ ਕਰਕੇ ਜਿਹੜਾ ਲੋਕਾਂ ਦੀ ਸੁਰੱਖਿਆ ਦੇ ਲਈ ਜਿਹੜਾ ਵਾ ਇਹ ਏਰੀਆ ਅਸੀਂ ਰੈੱਡ ਜ਼ੋਨ ਜਿਹੜਾ ਵਾ ਕੁਛ ਕੀਤਾ। ਇਹਦੇ ਵਿੱਚ ਲੋਕਾਂ ਨੂੰ ਅਵੇਅਰ ਕੀਤਾ ਕਿ ਤੁਸੀਂ ਕੋਈ ਵੀ ਘਰੋਂ ਬਾਹਰ ਨਾ ਨਿਕਲੋ, ਸਾਰੇ ਜਣੇ ਨੇ ਉਹਨਾਂ ਦੇ ਕਰੋਨਾ ਟੈਸਟ ਕਰਵਾਏ ਨੇ। ਉਹ ਜਿੰਨਾ ਚਿਰ ਇਹਨਾਂ ਦੀ ਟੈਸਟਿੰਗ ਰਿਪੋਰਟ ਨਹੀਂ ਆਉਂਦੀ ਉਹਨਾਂ ਚਿਰ ਸਾਰਿਆਂ ਨੂੰ ਘਰਾਂ 'ਚ ਰਹਿਣ ਲਈ ਜਿਹੜਾ ਵਾ ਉਹ ਆਪਣੇ ਸਮਝਾਇਆ ਵੀ ਘਰਾਂ 'ਚ ਰਹੋਗੇ ਆਪਾਂ ਆਪਣਿਆਂ 'ਚ ਅਤੇ ਕੋਈ ਬਾਹਰ ਨਾ ਨਿਕਲੇ। ਇਹਨਾਂ ਨੂੰ ਇਹਨਾਂ ਦੀ ਸੁਰੱਖਿਆ ਵਾਸਤੇ ਜਿਹੜੇ ਕਦਮ ਚੁੱਕੇ ਗਏ ਇਹ ਸਰ ਹਦਾਇਤਾਂ ਦੇ ਮੁਤਾਬਕ ਇਹ ਸਰ ਜਿਹੜੇ ਹੋਏ ਇਹ 3 ਕਰੋਨਾ ਪੋਜ਼ਿਟਿਵ ਨਾਲ ਹੋਈਆਂ ਜਿਹੜੀਆਂ ਮੌਤਾਂ ਹੋਈਆਂ ਜਿਹੜੀਆਂ ਜੀ ਇਹਦੇ ਵਿੱਚੋਂ ਜੀ ਇੱਕ ਤਾਂ ਜਿਹੜਾ ਸੀ ਉਹ ਨੈਗੇਟਿਵ ਸੀਗਾ, 2 ਜਿਹੜੇ ਮੌਤਾਂ ਹੋਈਆਂ ਉਹ ਪੋਜ਼ਿਟਿਵ ਸੀ। ਇਹਦੇ ਕਰਕੇ ਤਾਂ ਹੀ ਸਾਰਾ ਇਹ ਅਲਰਟ ਕੀਤਾ ਗਿਆ ਕਿ ਕੁਛ ਹੋਰ ਨਾ ਕੋਈ ਜਾਨੀ ਨੁਕਸਾਨ ਹੋਵੇ ਅਤੇ ਲੋਕਾਂ ਨੂੰ ਅਵੇਅਰ ਕੀਤਾ ਗਿਆ ਕਿ ਤੁਸੀਂ ਆਪੋ ਆਪਣੇ ਘਰਾਂ 'ਚ ਰਹੋ ਅਤੇ ਇਹਦੀ ਸੁਰੱਖਿਆ ਰੱਖੋ, ਕਰੋਨਾ ਨੂੰ ਜਿੰਨਾ ਵੀ ਬਚਾਅ ਕੀਤਾ ਜਾਂਦਾ।